ਹਾਂਜੀ ਦੋਸਤੋ, ਅਸਲਾਮ ਵਾਲੇਕੁਮ ਵੀਰੋ ਭਰਾਵੋ, ਕੀ ਹਾਲ ਚਾਲ ਹੈ? ਸਾਰੇ ਮੇਰੇ ਪੰਜਾਬੀ ਭਰਾਵਾਂ ਨੂੰ ਲਵ ਯੂ, ਉਮੀਦ ਕਰਦਾ ਵਾ ਸਾਡੇ ਭਰਾ ਠੀਕ ਠਾਕ ਹੋਣਗੇ। ਮੇਰਾ ਭਰਾ ਜਿੱਥੋਂ ਜਿੱਥੋਂ ਮੈਨੂੰ ਵੇਖਦਾ ਵਾ ਸਾਰਿਆਂ ਨੂੰ ਲਵ ਯੂ ਹੋ ਗਿਆ। ਤੇ ਵੀਰੋ, ਅੱਜ ਆਪਾਂ ਆਏ ਹਾਂ ਫੈਸਲਾਬਾਦ ਦੇ ਵਿੱਚ, ਤੇ ਆਹ ਆਪਣਾ ਸ਼ਹਿਰੀ ਬਾਈ, ਤੇ ਆਪਾਂ ਇਹਨੂੰ ਇੱਥੇ ਮਿਲੇ ਹਾਂ। ਤੇ ਉਹ ਸਾਡਾ ਭਰਾ ਵਾ ਜਿਹਦਾ ਆਈਫੋਨ ਆ, ਸ਼ਰਮਾ ਵੀ ਰਿਹਾ ਵਾ ਤੇ ਆਈਫੋਨ ਵੀ ਅੱਜ ਨਾ ਵੀਰੋ, ਨਾਲੇ ਸਭ ਨਾਲ ਵੱਡੀ ਗੱਲ ਆ ਵੀਰੋ, ਅੱਜ ਨਾ ਆਪਾਂ ਵਲੋਗ ਬਣਾ ਰਹੇ ਹਾਂ ਆਈਫੋਨ 11 ਨੂੰ। ਤੇ ਕਮਾਲ ਦਾ ਰਿਜ਼ਲਟ ਆ ਰਿਹਾ ਵਾ ਮਾਸ਼ਾਅੱਲਾ। ਤੇ ਆਪਾਂ ਨਾ ਇੱਧਰ ਆਏ ਪਏ, ਪਹਿਲੇ ਆਪਾਂ ਵਲੋਗ ਵੀਰ ਕਰਦੇ ਸੀ ਇਹਦੇ ਨਾਲ ਆਈਫੋਨ, ਉਹ ਆਈਫੋਨ ਵੀਵੋ Y15 ਦੇ ਨਾਲ। ਤੇ ਆਪਾਂ ਵੀ ਨਾ ਤਾਂ ਕਰਕੇ ਮੈਂ ਇਹਦੇ ਨਾਲ ਵਲੋਗ ਸ਼ੁਰੂ ਕੀਤਾ ਵਾ ਆਪਣੇ ਦੋਸਤ ਦਾ ਲੈ ਕੇ ਮੋਬਾਈਲ। ਮੈਂ ਕਿਹਾ ਨਾ ਮੇਰਾ ਇਹਦੇ ਨਾਲ ਰਿਜ਼ਲਟ ਅੱਛਾ ਆਇਆ, ਤੇ ਫਿਰ ਅੱਛੀ ਆਵਾਜ਼ ਆਈ, ਤੇ ਫਿਰ ਆਪਾਂ ਵੀ ਨਾ ਆਈਫੋਨ 11 ਲੈ ਲੈਣਾ ਵਾ, ਕੁਛ ਵੇਚ ਵੂਚ ਕੇ। ਸ਼ਾਇਦ ਆਪਾਂ ਨੂੰ ਆਪਣੇ ਘਰ ਦਾ ਪੰਪ ਨਾ ਵੇਚਣਾ ਪਿਆ, ਆਪਾਂ ਵੇਚ ਦੇਣਾ। ਹੁਣ ਆਪਾਂ ਜਾਂਦੇ ਹਾਂ ਵੀਰੋ ਉਧਰ ਮਾੜਾ ਜਿਹਾ, ਤੁਹਾਨੂੰ ਦਿਖਾਉਂਦਾ ਵਾ, ਤੇ ਉਹ ਭਰਾ ਵੀ ਸਾਨੂੰ ਵੇਖਣ ਦਿਆ। ਮਾਦੇ ਇੱਧਰ ਆ ਯਾਰ, ਸ਼ਰਮਾ ਰਿਹਾ ਯਾਰ, ਤੇ ਤੁਹਾਨੂੰ ਮੈਂ ਆਪਣੀਆਂ ਦੋ ਮੋਟਰਸਾਈਕਲਾਂ ਦਿਖਾ ਦੇਵਾਂ, ਤੇ ਕਮੈਂਟ 'ਚ ਲਾਜ਼ਮੀ ਦੱਸਣਾ ਮੋਟਰਸਾਈਕਲ ਕਿਹੜੀ ਬਿਹਤਰੀਨ ਆ, ਕਿਹੜੀ ਸੋਹਣੀ ਮੋਟਰਸਾਈਕਲ। ਆਹ ਦੇਖੋ ਜੀ, ਆਹ ਦੋ ਮੋਟਰਸਾਈਕਲਾਂ ਜੀ, ਆ ਜੀ ਆਹ ਮੇਰੇ ਵਾਲੀ ਮੋਟਰਸਾਈਕਲਾਂ, ਤੇ ਉਹ ਵਾ ਉਹ ਵਾ ਆ ਸ਼ਰੀ ਵੀਰ ਦੀ। ਤੇ ਅੱਜ ਜਿਹੜਾ ਆਈਫੋਨ ਨਾ, ਜਿਹੜਾ ਆਈਫੋਨ ਦਾ ਮਾਲਕ ਵਾ, ਉਹਨੂੰ ਸ਼ਰਮ ਬਹੁਤ ਆ ਰਹੀ ਆ। ਚੱਲ ਝੂਠਾ ਬਿਠਾ ਪਿਆ ਵਾ, ਇਹ ਤੇ ਜ਼ੂਮ ਕਰਕੇ ਕੈਮਰਾ ਮਾਰ ਕੇ ਵਹਾ ਦੇ ਇਧਰ ਆਇਆ, ਕੁਛ ਨਹੀਂ ਹੁੰਦਾ ਯਾਰ ਆਪਣੇ ਵੀਵਰਸ। ਤੇ ਹੁਣ ਵੀਰੋ ਆਪਾਂ ਜਾ ਰਹੇ ਆ ਇਧਰ ਮਾਰ ਡੇਰੇ ਦੇ ਚੱਲੀਏ, ਆਪ ਮਾੜਾ ਜਿਹਾ ਡੇਰੇ ਦੇ ਵਿੱਚ ਚੱਲੀਏ, ਤੇ ਆਪਾਂ ਹੁਣ ਡੇਰੇ ਜਾਂਦੇ ਆ, ਤੇ ਉੱਥੇ ਆ ਕੇ ਤੁਹਾਨੂੰ ਦਿਖਾਉਂਦੇ ਆ ਕੀ ਹਿਸਾਬ ਦਾ। ਹਾਂਜੀ ਦੋਸਤੋ, ਹੁਣ ਨਾ ਆਪਾਂ ਇਧਰਲੇ ਬੰਨੇ ਮਾੜਾ ਜਿਹਾ ਆ ਗਏ ਆ, ਤੇ ਨਾ ਉਹ ਦਰਵਾਜ਼ਾ ਬੰਦ ਸੀਗਾ ਉਹ ਡੇਰੇ ਦਾ, ਤੇ ਡੇਰੇ ਦਾ ਦਰਵਾਜ਼ਾ ਬੰਦ ਆ, ਡੇਰਾ ਨਾ ਦਰਵਾਜ਼ਾ ਖੁੱਲੇਗਾ, ਤੁਹਾਨੂੰ ਮੈਂ ਨਾ 5 ਕੀਮਤੀ ਘੋੜੇ ਦਿਖਾਉਣੇ, ਆਸਟ੍ਰੇਲੀਅਨ ਗ੍ਰੇ ਤੇ ਸਾਊਥ ਅਫਰੀਕਾ ਦਾ, ਤੇ 5-6 ਘੋੜੇ ਆ, ਤੁਹਾਨੂੰ ਵੀਰੋ ਉਹ ਦਿਖਾਉਂਦੇ ਆ। ਤੇ ਆ ਆਈਫੋਨ ਵਾਲੇ ਭਰਾ ਨੇ ਵੀ ਕਹਿੰਦਾ ਦਵਾਦਾ ਬਣਾ, ਮੈਨੂੰ ਆਈਫੋਨ ਚਾਹੀਦਾ ਵਾ, ਇਸ ਕਰਕੇ ਉਹ ਕਵਰ ਨੀ ਗੀ ਭਾਈ ਤੁੜੀ ਦੀ ਧੜ ਵਾ। ਤੇ ਇਸ ਕਰਕੇ ਨਾ ਆਪਾਂ ਉਹਨੂੰ ਮੋਬਾਈਲ ਵੀ ਦੇਣਾ ਵਾ, ਉਸ ਤੋਂ ਬਾਅਦ ਆਪਣਾ ਦੂਸਰੇ ਆਪਣੇ ਕੈਮਰੇ ਨਾਲ ਬਣਾਵਾਂਗੇ, ਤੇ ਉਹ ਦਿਖਾਵਾਂਗੇ। ਤੇ ਬਾਕੀ ਨਾ ਰਿਜ਼ਲਟ ਤਾਂ ਮੀਆਂ ਮੀਆਂ ਆ ਰਿਹਾ ਵਾ, ਤੁਹਾਨੂੰ ਜਿੱਦਾਂ ਕਿ ਪਤਾ ਵਾ ਆ ਨਾ ਵੱਢੀ ਗਈ ਆ ਕਣਕ, ਤੇ ਹੁਣ ਇੱਥੇ ਨਾ ਹੱਲ ਫੇੜ ਕੇ ਨਾ ਇਹਨਾਂ ਨੇ ਨਾ ਉਹ ਲਾਉਣੀ ਆ, ਕਪਾਹ ਲਾਓਗੇ, ਤੇ ਉਹ ਤੂੜੀ ਦੀ ਧਾਰਾ ਜਿਹਨੂੰ ਕਵੜ ਕਹਿੰਦਾ ਪਿਆ ਵਾ ਪਿਆ ਵਾ। ਤੇ ਬਾਕੀ ਉਹ ਬੱਕਰੀਆਂ ਬੁੱਕੜੀਆਂ ਵੀ ਚੜਾਉਂਦੀ ਵਾ, ਤੇ ਉਹ ਸਾਹਮਣੇ ਨਾ ਉਹਦੇ ਕੰਮ ਨਹੀਂ ਨਹੀਂ ਯਾਰ, ਆਈਫੋਨ ਵਾਲਾ ਭਾਈ ਨਾ ਸ਼ਰਮਾ ਰਿਹਾ ਵਾ ਫਿਲਹਾਲ, ਤੇ ਇਸ ਕਰਕੇ ਨਾ ਬਾਕੀ ਆਹ ਵਿੱਚ ਲੱਗਾ ਵਾ। ਹੁਣ ਹੁਣ ਆਇਓ ਵੀਰੋ ਸਾਡੇ ਨਾਲ ਆਇਓ, ਦੂਸਰੇ ਬਣੇ ਚੱਲੀਏ ਜਿੱਥੋਂ ਨਾ ਉਹ ਦਰਵਾਜ਼ਾ ਖੁੱਲ੍ਹ ਗਿਆ ਵਾ ਉਹਦੇ ਉਹ ਹਾਤੇ ਦਾ, ਤੇ ਹੁਣ ਆਪਾਂ ਉੱਧਰ ਜਾਂਦੇ ਹਾਂ ਘੋੜੇ ਦੇਖਣ, ਆਇਓ ਸਾਡੇ ਨਾਲ ਵੀਰੋ। ਹੋਣਾ ਵਾ ਘੋੜੇ, ਤੁਹਾਨੂੰ ਜਿੱਦਾਂ ਤੁਹਾਨੂੰ ਪਤਾ ਵਾ ਤੁਹਾਨੂੰ ਦਿਖਾਉਣੇ ਆ ਮਾਸ਼ਾਅੱਲਾ ਘੋੜੇ ਆ, ਨਸਲ ਚੈੱਕ ਕਰੋ ਜੀ, ਆਸਟ੍ਰੇਲੀਅਨ ਆ, ਅਫਰੀਕਾ ਵਾ, ਅਤੇ ਆਹ ਯੂਰਪੀਅਨ ਆ, ਅਤੇ ਇੱਕ ਉਹ ਅੰਦਰ ਖੜੇ ਆ ਜੀ ਘੋੜੀ ਉਹ ਵਾਲੀ ਗ੍ਰੇ ਕਲਰ ਦੀ, ਉਹ ਨੇੜਾ ਨੇੜਾ ਵਾ ਤਾਂ ਕਰਕੇ ਨਹੀਂ ਨਜ਼ਰ ਆ ਰਹੀ। ਹਾਂਜੀ ਤੁਹਾਨੂੰ ਘੋੜੇ ਘੋੜੇ ਦਿਖਾਏ ਵੀਰੋ, ਅਤੇ ਆਪਾਂ ਆਏ ਹਾਂ ਇੱਥੇ ਤਕਰੀਬਨ ਨਾ ਮੱਕੂਆਂ ਵਾਲੇ ਜਾਂ ਪਿੰਡ ਫੈਸਲਾਬਾਦ ਦੇ ਵਿੱਚ, ਆਪਾਂ ਉੱਥੇ ਆਏ ਹਾਂ ਵੀਰੋ, ਅਤੇ ਤੁਹਾਨੂੰ ਸਿਰਫ ਆ ਘੋੜੇ ਦਿਖਾਉਣੇ ਸੀਗੇ, ਅਤੇ ਇਸ ਕਰਕੇ ਤੁਹਾਨੂੰ ਪਿੰਡ ਪਿੰਡ ਦਾ ਮਾਹੌਲ ਆਸੇ ਪਾਸੇ ਤੁਹਾਨੂੰ ਦਿਖਾ ਦਈਏ ਜੀ। ਆਖੋ ਆ ਲੱਗਿਆ ਹੀ ਆ ਜੀ, ਆਹ ਛੋੜ ਗਿਆ ਲੱਗਾ ਥੋੜ੍ਹਾ ਬਹੁਤਾ, ਅਤੇ ਪਿੰਡ ਵਾ ਪੂਰਾ ਮਾਹੌਲ, ਅਤੇ ਤੁਹਾਨੂੰ ਆਹ ਘੋੜੇ ਦਿਖਾਵਾਂਗੇ ਪਿਆ ਜੀ। ਅਤੇ ਅੰਦਰ ਤੁਹਾਡਾ ਵੀਰ ਜਾ ਨਹੀਂ ਸਕਦਾ ਕਿਉਂਕਿ ਅੰਦਰ ਨਾ ਜਾਣਾ ਨਹੀਂ ਗਾ ਆਪਾਂ, ਅਤੇ ਇਹਦਾ ਬਾਕੀ ਇੰਤਜ਼ਾਮ ਤੂੰ ਵਾਹ ਹੋਇਆ ਵਾ, ਖੁੱਲ੍ਹੀ ਆ ਵੀਰੋ ਪਾਣੀ ਵਾਲੀ, ਅਤੇ ਆਹ ਵਾ ਪੱਠੇ ਪਏ ਇਹਨੂੰ, ਅਤੇ ਆਹ ਕਾਲਾ ਵਾ ਉਹ ਵਾ
ਉਹਦਾ ਮਿੱਟੀ ਕਲਰ ਦਾ, ਆਹ ਗ੍ਰੇ ਆ ਅਤੇ ਉਹ ਅੰਦਰ ਇੱਕ ਘੋੜੀ ਆ, ਆਹ ਤਿੰਨ ਘੋੜੇ ਆ ਅਤੇ ਉਹ ਅੰਦਰ ਘੋੜੀ ਆ, ਅਤੇ ਆਹ ਆਪਣੀਆਂ ਮੋਟਰਸਾਈਕਲ ਖੜ੍ਹੀ ਆ, ਅਤੇ ਆਪਾਂ ਇੱਥੇ ਆਏ ਹਾਂ, ਆਪਾਂ ਇੱਥੇ ਆਏ ਸੀਗੇ ਕਿਸੇ ਜਾਣਨ ਵਾਲੇ ਕੋਲ ਆਏ ਸੀ ਵੀਰੋ, ਅਤੇ ਆਪਾਂ ਇਹ 'ਚ ਤੁਹਾਨੂੰ ਮਿਲਦੇ ਪਏ ਹਾਂ, ਤੁਹਾਨੂੰ ਦਿਖਾਇਆ ਘੋੜਾ ਮਾਸ਼ਾ ਕੋਈ, ਆਹ ਤਿੰਨੇ ਘੋੜੇ ਵੇਖੋ, ਅਤੇ ਹੁਣ ਆਪਾਂ ਜਾਂਦੇ ਹਾਂ ਜੀ ਆਪਣੇ ਨਾ ਅਗਲੇ ਟਾਰਗੇਟ ਦੀ ਤਰਫ, ਅਤੇ ਹੁਣ ਆ ਵੀ ਸਾਡੇ ਨਾਲ, ਆਪਾਂ ਜਾਂਦੇ ਹਾਂ ਉੱਧਰੋਂ, ਇੱਧਰੋਂ ਆਪਾਂ ਆ ਗਏ, ਇੱਧਰ ਇੱਧਰ ਵੀ ਘੋੜੇ ਮਾਸ਼ਾ ਬੰਦੇ ਪਏ ਆ, ਕੋਈ ਕਾਹ ਘੋੜਾ, ਦੋ ਉਹ ਘੋੜੇ ਆ, ਇੱਧਰ ਵੀ ਘੋੜੇ ਆ, ਅਤੇ ਮੈਂ ਤੁਹਾਨੂੰ ਮਾੜਾ ਜਿਹਾ ਦਿਖਾ, ਅੱਗੇ ਘੋੜਾ ਵੀ ਆ ਗਿਆ, ਆਹ ਘੋੜੇ ਆ, ਤੂੰ ਮਾੜਾ ਜਿਹਾ ਇੱਧਰ ਚੱਲੀ, ਤਿੰਨ ਮਾਰਸ਼ਲ ਆਹ ਵੱਜੇ ਆ, ਆਹੋ ਟੋਟਲ ਮਾਰਸ਼ਲ ਆ ਜੀ 8-9 ਘੋੜੇ ਆ ਜੀ, ਨਾਲ ਖਾਣ ਪੀਣ ਦੇ ਆ ਜੀ ਪੂਰੇ ਮਾਹੌਲ ਨਾਲ। ਆਪਣੀ ਵੀਰੋ ਵੀਡੀਓ ਖਤਮ ਹੁੰਦੀ ਆ, ਅਤੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਰ ਨੂੰ ਦੱਬ ਕੇ ਸਪੋਰਟ ਕਰੋ, ਲਵ ਯੂ ਹੋ ਗਿਆ ਵੀਰੋ ਸਾਰੇ ਪੰਜਾਬੀ ਭਰਾਵਾਂ ਨੂੰ।